ਰਵਿਦਾਸ ਆਸ ਲੱਗਦੀ ਹੋ ਸਿਰ ਪਿਓ ਦਰਸ਼ਨ ਦੇਖੇ ਬਿਲਾਵਲ ਮਹੱਲਾ ਪੰਜ ਤੱਤੀ ਵਾਉਣਾ ਲੱਗੇ ਪਾਰਲੋਂ ਸੁਣਾਈ ਜਗਤ ਹਮਾਰੇ ਰਾਮ ਕਾ ਤੁਕ ਲੱਗਿਆ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਪੰਡਤ ਬਣਾਈ ਰਾਮ ਨਾਮ ਉਹ ਖੁਦ ਜਾਏ ਕਾਲੀ ਬੁਲਾਈ ਰਹਾ ਔਰ ਆਖ ਲਈ ਦਰਨਾਥ ਹਾਲ ਸਾਹਿਬ ਦਾ ਪਤਾਈ ਕੋਣਾ ਕੇ ਪਾਪਈ ਪ੍ਰਭ ਤੇ ਇਸ ਮਹਾਈ ਕੋਣਾ ਕੇ ਪਾਪਈ ਪ੍ਰਭ ਤੇ ਇਸ ਮਹਾਈ ਤਾਂ ਤਾਂ ਜੀ ਗੁਰੂ ਰਾਸ ਮਹਾਰਾਜ ਤਾਂ ਤਾਂ ਜੀ ਗੁਰੂ ਨਾਨਕ ਜੀ ਮਹਾਰਾਜ ਤਾਂ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਜੁਕੋ ਜੋ ਕਟਲਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਤਾਂ ਤਾਂ ਸ੍ਰੀ ਗੁਰੂ ਰਾਸ ਜੀ ਮਹਾਰਾਜ ਜੀਓ ਆਪ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਧੀਰ ਪਰਿਵਾਰ ਸਤਿਖੰਡ ਵਾਸੀ ਬਖਸ਼ੀ ਰਾਮ ਜੀ ਡੈਡੀ ਤੇ ਬੀਬੀ ਮਹਿੰਦਰ ਕੌਰ ਜੀ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਦੀ ਇਹ ਪਰਿਵਾਰ ਨੇ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਆਪ ਦੀ ਸੰਗਤ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਆਪ ਜੀ ਦੇ ਸੰਗਤ ਦੇ ਚਰਨ ਪਏ ਨੇ ਸਤਿਗੁਰ ਸੱਚੇ ਪਾਤਸ਼ਾਹ ਬੱਚੇ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ ਦਾਤਾ ਜੀ ਉਹ ਆਪ ਜੀ ਨੇ ਨਵੀਆਂ ਜੋੜੀਆਂ ਬਖਸ਼ਿਸ਼ ਕੀਤੀਆਂ ਦੁੱਧਾਂ ਪੁੱਤਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਬੇਅੰਤ ਮਾਇਆ ਦਾਸਾਂ ਹੋਈਆਂ ਨੇ ਕੀਰਤਨ ਕੀਤਾ ਹੈ ਕੀਰਤਨ ਕਰਦਿਆਂ ਨੇ ਕਾ ਟੁੱਟੀਆਂ ਹੋ ਜਾਂਦੀਆਂ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਬੱਚੇ ਤੋਂ ਸੁੱਧ ਤੇ ਪਾਠ ਸ਼ਬਦ ਨਾਲ ਕੀਰਤਨ ਕਰਨ ਦਾ ਬਾਣੀ ਪੜ੍ਹਨ ਦਾ ਤੇ ਬਾਣੀ ਸੁਣਨ ਦਾ ਬਲ ਬਖਸ਼ਿਸ਼ ਕਰਨ ਦਾ ਗੁਰੂ ਸੱਚੇ ਪਾਤਸ਼ਾਹ ਜੀ ਉਹ ਜਿਹਨਾਂ ਖਜ਼ਾਨੇ ਤੋਂ ਮਾਇਆ ਹੈਗਾ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੱਟ ਦੂਰ ਕਰਨੇ ਜਿਹਨਾਂ ਮਨੋਕਾਮਨਾਵਾਂ ਨਾਲ ਆਪਣੇ ਦੇ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਧੰਨ ਧੰਨ ਸ੍ਰੀ ਗੁਰਦਾਸ ਮਹਾਰਾਜ ਜੀ ਉਹ ਇਹਨਾਂ ਪਰਿਵਾਰਾਂ ਨੇ ਆਪਣੇ ਗ੍ਰਹਿ ਵਿਖੇ ਲਾਈ ਜਾਂ ਬੱਚਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਪਤੇ ਦੀਆਂ ਪੁੱਤਰਾਂ ਪਰਿਵਾਰਾਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਤਾਂ ਕਿ ਇਸੇ ਤਰ੍ਹਾਂ ਅਗਲੇ ਸਾਲ ਫਿਰ ਆਪ ਦੀ ਸੰਗਤ ਇਹਨਾਂ ਦੇ ਗ੍ਰਹਿ ਵਿਖੇ ਖੁਸ਼ੀਆਂ ਮਨਾਉਂਦੇ ਕੀਰਤਨ ਕਰਦੇ ਹੋਏ ਹਾਜ਼ਰੀ ਲਗਾਈਏ ਸਤਿਗੁਰ ਸੱਚੇ ਪਾਤਸ਼ਾਹ ਸਹੀ ਗੁਰਮੁਖ ਪਿਆਰੇ ਮੇਲਣਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਧੰਨ ਧੰਨ ਸ੍ਰੀ ਗੁਰੂ ਅਰਦਾਸ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜੇ ਪਾਣੇ ਸਰਬੱਤ ਦਾ ਪਾ ਸਾਨੂੰ ਲੋਕ ਜਾਣੇ ਭਰਪੂਰ ਕਰੇ ਕਾਰਨ ਦੂਰ ਕਰੇ ਤੇ ਦੂਰ ਲੈ ਕਰਕੇ ਸੱਚੀ ਬੱਚੀ ਫਿਰੇ ਆਓ ਚਾਹੇ ਅੰਦਰ ਛੱਡੀਏ।